بسم اللہ الرحمن الرحیم یعکنا بو دو یعکنا استعین السلام علیکم جی اللہ دے فجر نال اللہ دے کرم نال امید ہے ਤੁਸੀਂ ਵੀ خیر و خیریت نال آو گے اللہ تعالی ਤੁਹਾਨੂੰ بیماریوں ਤੋਂ پریشانیوں ਤੋਂ محفوظ رکھے آمین ਤੁਸੀਂ دیکھ دے اپنا یوٹیوب چینل ایگری کھانے والے 168 میں محمد عمران بھائی اج دی ویڈیو جڑی بن دی پئی ہے اپنی اج دی بڑی دلچسپ تے بڑی پیاری ویڈیو بن دی پئی ہے ساری میرے वीर میرے دوست میرے بھرا ساری ویڈیو دیکھن ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਕਿ ਵੀ ਅੱਛੀ ਬਣਦੀ ਪਈ ਹੈ ਜਾਂ ਨਹੀਂ ਅੱਛੀ ਬਣਦੀ ਪਈ ਹਾਂਜੀ ਭਾਈ ਜੀ ਆਪਾਂ ਕੋਸ਼ਿਸ਼ ਤਾਂ ਤੁਹਾਨੂੰ ਵਿਜ਼ਿਟ ਕਰਾਉਣਾ ਨਾ ਬਾਗਾਂ ਦਾ ਅਲੱਗ ਅਲੱਗ ਵੈਰਾਈਟੀਆਂ ਬਾਗਾਂ ਦੀਆਂ ਉਹਦਾ ਵਿਜ਼ਿਟ ਕਰਾਉਣਾ ਵਾ ਤੇ ਕੋਸ਼ਿਸ਼ ਤੁਹਾਨੂੰ ਹੋਰ ਕਿਸੇ ਸ਼ਾਮ ਦਾ ਵਿਜ਼ਿਟ ਕਰਾਉਣਾ ਵੀਡੀਓ ਸਾਰੀ ਦੇਖਣਾ ਅੱਛਾ ਭਾਈ ਜੀ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਮੇਰੇ ਸਰਦਾਰ ਜੀ ਵੀ ਰੂਣੀ ਜਿਹੜੇ ਚੜ੍ਹਦੇ ਪੰਜਾਬ ਵਾਲਿਆ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਯੂਰਪ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਜਿਹੜੇ ਮੇਰੇ ਪਾਕਿਸਤਾਨ ਦੇ ਭਰਾ ਗੈਰ ਮੁਲਕ ਗਏ ਆ 사ਉਦੀਆ ਦੁਬਈ ਯੂਰਪ ਜਿੱਥੇ ਵੀ ਗਏ ਹੋਏ ਆ ਉਹਨਾਂ ਨੂੰ ਮੇਰੀ ਤਰਫੋਂ ਸਾਰਿਆਂ ਨੂੰ ਬਾਈ ਜੀ ਸਲਾਮ ਹੋ ਗਿਆ ਅੱਛਾ ਵੀਰੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਨਵਾਂ ਚੈਨਲ ਦੇਖਣ ਦਾ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਹ ਦਾ ਹਜ਼ਾਰ ਲਾਜ਼ਮੀ ਦੱਸਣ ਜਿਹੜੇ ਮੇਰੇ ਭਰਾ ਪੁਰਾਣੀਆਂ ਵੀਡੀਓ ਦੇਖਦੇ ਪਏ ਆ ਉਰਾਣੇ ਮੇਰੇ ਭਰਾ ਵਾ ਦੋਸਤ ਆ ਮਿੱਤਰ ਆ ਵੀਰ ਜਿਹੜੇ ਵੀ ਮੁਲਕ ਬੈਠੇ ਦੇਖਦੇ ਮੈਨੂੰ ਉਹ ਵੀਡੀਓ ਸਾਰੀ ਦੇਖਣ ਤੇ ਲਾਈਕ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਦ ਹਜ਼ਾਰ ਵੀਰੇ ਲਾਜ਼ਮੀ ਦੱਸਿਓ ਅੱਛਾ ਹੁਣ ਭਾਈ ਜੀ ਤੁਹਾਨੂੰ ਆਪਾਂ ਬਾਗਾਂ ਦਾ ਵਿਜ਼ਿਟ ਕਰਾਉਨੇ ਆ ਅਲੱਦਾ ਅਲੱਦਾ ਜਿਹੜੇ ਬਾਗ ਆ ਨਾ ਉਹਨਾਂ ਦਾ ਸਾਰਿਆਂ ਦਾ ਹੀ ਅੱਛਾ ਆ ਭਾਈ ਇਹ ਛੋਟੇ ਬੂਟੇ ਲੱਗੇ ਆ ਯਾਨੀ ਕਿ ਇਹਨਾਂ ਨੂੰ ਦੂਸਰਾ ਸਾਲ ਹੋ ਚੱਲਿਆ ਤੇ ਪਹਿਲੇ ਸਾਲ ਹੀ ਇਹਨਾਂ ਨੇ ਫੜ ਲਿਆ ਵਾ ਯਾਨੀ ਕਿ ਥੋੜੇ ਥੋੜੇ ਬੂਨਾ ਕਿੰਨੂ ਲਾਇਆ ਸਾਰੇ ਬੂਟੇ ਨੇ ਥੋੜੇ ਥੋੜੇ ਹਲਕੇ ਹਲਕੇ ਇਹਨਾਂ ਨੂੰ ਦੂਸਰਾ ਸਾਲ ਹੋ ਚੱਲਿਆ ਬੂਟਿਆਂ ਨੂੰ ਲੱਗਿਆ ਨੂੰ ਤੇ ਇਹਦੇ ਵਿੱਚ ਰਾਇਆ ਬੀਜਿਆ ਵਾ ਬਾਈ ਜੀ ਹਾਈਬ੍ਰਿਡ ਰਾਇਆ ਬੀਜਿਆ ਇਹਦੇ ਵਿੱਚ ਜਿਹੜਾ ਆਮ ਜਿਹੜਾ ਰਾਇਆ ਬੀਜ ਦਈਦਾ ਨਾ ਆਪਾਂ ਇਹ ਉਹ ਰਾਇਆ ਬੀਜਿਆ ਹੋਇਆ ਵਾ ਅੱਛਾ ਆ ਤਾਂ ਬਾਈ ਜੀ ਜਿਹੜੇ ਸੀ ਨਾ ਫਲੂਟਰ ਇਹ ਤੱਕ ਕਟਾਈ ਕਰ ਲਈ ਆ ਸਾਰਿਆਂ ਦੀ ਮੁਕੰਮਲ ਹੀ ਇਹ ਵੱਡਾ ਬਾਗ ਸੀਗਾ ਇਹ ਫਲੂਟਰ ਦੀ ਕਟਾਈ ਸਾਰਿਆਂ ਦੀ ਹੋ ਚੁੱਕੀ तकरीबन ਹੀ ਅ ਚੰਗੀ ਤਰ੍ਹਾਂ ਦੇਖੋ ਨਾ ਕੋਈ ਵੀ ਨਹੀਂ ਰਹਿ ਗਿਆ ਸਾਰਾ ਫਲੂਟਰ ਸੀਗਾ ਫਲੂਟਰ ਦੀ ਕਟਾਈ ਹੋ ਗਈ ਆ ਅੱਗੇ ਥੋੜੇ ਜਿਹੇ ਰਹਿੰਦੇ ਆ ਉਹਨਾਂ ਦਾ ਤੁਹਾਨੂੰ ਹੁਣ ਮੈਂ ਵਿਜ਼ਿਟ ਕਰਾਉਣਾ ਕਿ ਉਹ ਕਿੰਨੇ ਕਬੂਟੇ ਰਹਿੰਦੇ ਆ ਤੇ ਅੱਗੇ ਕਿੰਨੇ ਯਾਨੀ ਕਿ ਮਾਲਟੇ ਕਿੰਨੇ ਰਹਿੰਦੇ ਤੋੜਨ ਵਾਲੇ ਕਟਾਈ ਕਰਨ ਵਾਲੇ ਆ ਤਾਂ ਬਾਈ ਜੀ ਜਿਹੜਾ ਸਾਰਾ ਹੀ ਆ ਨਾ ਫਲੂਟਰ ਆ ਯਾਨੀ ਕਿ ਮੋਟਾ ਤਾਂ ਤਕਰੀਬਨ ਇਹਨਾਂ ਨੇ ਪਹਿਲੇ ਤੋੜ ਤੋੜ ਲਿਆ ਸੀ ਤੇ ਰਹਿ ਗਿਆ ਪਿੱਛੇ ਕਚਰਾ ਇਹ ਹੁਣ ਉਹ ਤੋੜ ਦੇ ਪਿਆ ਦੇਖੋ ਨਾ ਫੇਲਾ ਮਾਸ਼ਾਅੱਲਾ ਠੀਕ ਹੈ ਵੀ ਦੇਖੋ ਨਾ ਮੋٹے ਆ ਫਲੂਟਰ ਜਿਹੜੇ ਜਿੰਨੇ ਵੀ ਪੈ ਨਾ ਉਧਰ ਪਿੱਛੇ ਵੀ ਢੇਰ ਲੱਗਾ ਪਿਆ ਵਾ ਇੱਧਰ ਵੀ ਪਿਆ ਵਾ ਤੇ ਬਾਕੀ ਬਾਈ ਜੀ ਹੁਣਾਂ ਪਤਾ ਨੂੰ ਮਾਲਟੇ ਦਾ ਵਿਜ਼ਿਟ ਕਰਾਉਣੇ ਆ हां जी जी भाई जी देखो मालटा माशाल्लाह किनु ਸਾਡੇ ਇਲਾਕੇ ਦਾ تحصیل ਜਾਣੀਆਂ ਦਾ ਜ਼ਿਲ੍ਹਾ ਖਾਨੇਵਾਲ ਦਾ ਸ਼ਾਦੀ ਵੀ ਦੇ ਖੁਦਾਨਿਆਂ ਦਾ ਇਸੇ ਤਰੀਕੇ ਮਾਸ਼ਾਅੱਲਾ ਸਾਰੇ ਜਿਹੜੇ ਨਾ ਬੂਟੇ ਤੁਹਾਨੂੰ ਇੱਕੋ ਜਿਹੀ ਨਜ਼ਰ ਆਉਣਗੇ ਜਿੱਧਰ ਵੀ ਤੁਸੀਂ ਦੇਖੋਗੇ ਨਾ ਉਧਰੋਂ ਇੱਕੋ ਜਿਹੀ ਨਜ਼ਰ ਆਉਣੇ ਆ ਇਹ ਨਹੀਂ ਕਿ ਕੋਈ ਜਨਾ ਬੇਲੀ ਬੂਟੇ ਨੂੰ ਫਲ ਹੈਗਾ ਤੇ ਕਿਸੇ ਨੂੰ ਨਹੀਂ ਹੈਗਾ ਨਹੀਂ ਦੇਖੋ ਨਾ ਮਾਸ਼ਾਅੱਲਾ ਗੁੱਛਾਂ ਦੇ ਹਿਸਾਬ ਨਾਲ ਫੜ ਲਈ ਖੜੇ ਜੀ ਹਾਂ ਜੀ ਜੀ ਭਾਈ ਅਗਲੇ ਬੂਟੇ ਵੀ ਤੁਹਾਨੂੰ ਉਹਨਾਂ ਦਾ ਵੀ ਵਿਜ਼ਿਟ ਕਰੋਣਾ ਆ ਦੇਖੋ ਕਾ ਭਾਈ ਇੱਧਰ ਦੇਖੋ ਕਾ ਮਾਸ਼ਾਅੱਲਾ ਇੱਧਰ ਦੇਖੋ ਇਸੇ ਤਰੀਕੇ 마ਸ਼ਾਅੱਲਾ ਬੂਟਿਆਂ ਨੂੰ ਸੋਨਾ ਫਾਲਾ ਵੈਸੇ ਮਾਲਕਾ ਨੇ ਵੀ ਮਿਹਨਤ ਬਹੁਤ ਕੀਤੀ ਨਾ ਬੂਟਿਆਂ ਤੇ ਨਾ ਇੱਧਰ ਦੇਖੋ ਆ ਆ ਕੰਮ ਤੋਂ ਕੰਮ ਹੀ ਤਕਰੀਬਨ 10 ਕਿਲੋ ਇੱਕ ਸਾਈਡ ਤੇ ਹੀ ਲੱਗੇ ਹੋਣੇ ਜਿਨ੍ਹਾਂ ਨੂੰ ਮੈਂ ਹੱਥ ਲਾ ਰਿਹਾ 10 ਤੋਂ 15 ਕਿਲੋ ਗੁੱਛਾ ਹੋਣਾ ਮੈਂ ਇਹ ਜਿਹੜਾ 마ਸ਼ਾਅੱਲਾ ਭਰਿਆ ਖੜਾ ਵਾ ਇਸੇ ਤਰੀਕੇ 마ਸ਼ਾਅੱਲਾ ਸੋਹਣੇ ਸਾਰੇ ਬੂਟੇ ਖੜੇ ਆ ਸੇਤਮੰਦ ਖੜੇ ਆ ਇਹਨਾਂ ਨੂੰ ਖਰਾਕ ਵੀ ਇਹਨਾਂ ਨੇ ਨਾ ਬਥੇਰੀ ਮਾਸ਼ਾਅੱਲਾ ਦਿੱਤੀ ਹੋਈ ਆ ਇਹ ਨਹੀਂ ਕਿ ਬਿਖਰਾਕ ਤੋਂ ਕਿਸੇ ਪਾਸਿਓਂ ਵੀ ਮਾੜੇ ਰਹਿ ਨਹੀਂ ਖਰਾਕ ਤੋਂ ਵੀ ਮਾੜੇ ਨਹੀਂ ਰਹਿ ਆ ਦੇਖੋ ਬਾਈ ਜੀ ਦੇਖੋ ਮਾਸ਼ਾਅੱਲਾ ਕਿੰਨਾ ਸਾਈਜ਼ ਦੇਖੋ ਇੱਧਰ ਦੇਖੋ ਸੋਹਣਾ ਫਾਲਾ ਸਾਰੇ ਬੂਟਿਆਂ ਨੂੰ ਮਾਸ਼ਾਅੱਲਾ ਸਾਰੇ ਬੂਟੇ ਭਰੇ ਪੈ ਇਸੇ ਤਰੀਕੇ ਤੇ ਉਦਾਂ ਤਾਂ ਬਾਈ ਜੀ ਸਰਦੀਆਂ ਦਾ ਮੌਸਮ ਆ ਯਾਨੀ ਕਿ ਫਰੂਟ ਹੀ ਜ਼ਿਆਦਾ ਮਾਲਟੇ ਦਾ ਕਿਨੂ ਦਾ ਮਸੰਮੀ ਦਾ ਫਲੂਟਰ ਦਾ ਉਹ ਚੱਲਦਾ ਪਿਆ ਸੀਜ਼ਨ ਆ ਹਰ ਪਾਸੇ ਲੇਕਿਨ ਮਾਸ਼ਾਅੱਲਾ ਸਾਡੇ ਯਾਨੀ ਕਿ ਜ਼ਿਲ੍ਹਾ ਖਾਨੇਵਾਲ ਦੇ ਵਿੱਚ ਤਹਿਸੀਲ ਜਾਨੀਆਂ ਦੇ ਵਿੱਚ ਤਾਂ ਅੱਲਾ ਦਾ ਇਨਾ ਕ ਸ਼ੁਕਰ ਆ ਨਾ ਵੀ ਫਲੂਟਰ ਮਸੰਮੀ ਗ੍ਰੇਟ ਅੰਬ ਯਾਨੀ ਕਿ ਇਹ ਜਿਹੜੇ ਫਰੂਟ ਆ ਨਾ ਬਹੁਤ ਜ਼ਿਆਦਾ ਹੀ ਅੱਲਾ ਖੈਰ ਕਰੇ ਅੰਗੂਰਾਂ ਦੇ ਬਾਗ ਵੀ ਕਾਫੀ ਜ਼ਿਆਦਾ ਵਾਝੇ ਕਿਸੇ ਟਾਈਮ ਆਉ ਤੁਹਾਨੂੰ ਸਾਰ ਇੱਥੋਂ ਦਾ ਵਿਜ਼ਿਟ ਕਰਾਵਾਂਗੇ ਇਨਸ਼ਾ ਅੱਲਾ ਦੇ ਹੁਕਮ ਨਾਲ ਆ ਦੇਖੋ ਖਾ ਭਾਈ ਜੀ ਮਾਲ ਮਾਸ਼ਾ ਅੱਲਾ 20 ਕਿਲੋ ਹੈ ਮਾਲ ਹੈ ਐਸੇ ਕੁਛ ਨੂੰ ਜਾਂ ਨਹੀਂ ਹੈ 20 ਤੋਂ 25 ਕਿਲੋ ਹੋਰ ਸਾਈਜ਼ ਦੇਖੋ ਦਾਣਿਆਂ ਦਾ ਮਾਲ ਤੇ ਦਾ ਇਹ ਦੇਖੋ ਮਾਸ਼ਾ ਅੱਲਾ ਆ ਦੇਖੋ ਮਾਸ਼ਾਅੱਲਾ ਮਾਮੀ ਵੈਸੇ ਆਪਦੇ ਬਾਗ ਦੀਆਂ ਬੜੀਆਂ ਤਾਰੀਫੀਆਂ ਤਾਰੀਫਾਂ ਕਰਦਾ ਸੀਗਾ ਲੇਕਿਨ ਮੇਰਾ ਬਾਗ ਇਹਦੇ ਉਸ ਬਾਗ ਦੇ ਅੱਧੇ 'ਚ ਵੀ ਨਹੀਂ ਬਾਈ ਜੀ ਹੈਗਾ ਤੇ ਬਾਈ ਜੀ ਇਹੀ ਗੱਲ ਤੁਹਾਨੂੰ ਕਰਦਾ ਵਾਂ ਵੀ ਮੌਸਮ ਆ ਕਿੰਨੂ ਦਾ ਫਰੂਟਰ ਦਾ ਮਸੰਮੀ ਦਾ ਤੁਸੀਂ ਆਓ ਤੁਹਾਨੂੰ ਵਿਜ਼ਿਟ ਕਰੋਨਾ ਇਹ ਨਹੀਂ ਇਹ ਨਹੀਂ ਸੋਚਣਾ ਕਿ ਵੈਸੇ ਹੀ ਕਿ ਆ ইমরান ਵੈਸੀ ਕਹਿ ਰਿਹਾ ਕਿ ਤੁਸੀਂ ਆਓ ਤੁਹਾਨੂੰ ਵਿਜ਼ਿਟ ਕਰੋਨਾ ਨਹੀਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਾਰਾ ਤੁਹਾਨੂੰ ਬਲਕੇ ਤੁਹਾਨੂੰ ਮਾਲਟੇ ਕਿਨੂ ਖਵਾਵਾਂਗੇ ਫਲੂਟਰ ਵੀ ਖਵਾਵਾਂਗੇ ਮਸੰਮੀ ਵੀ ਖਵਾਵਾਂਗੇ ਤੁਸੀਂ ਆਓ ਜਿੰਨੇ ਮੇਰੇ ਯਾਰ ਆ ਦੋਸਤ ਆ ਮੇਰੇ ਭਰਾ ਵਾ ਮੇਰੇ ਮਿੱਤਰ ਆ ਜਿੰਨੇ ਵੀ ਆ ਉਹ ਸਾਰੇ ਮੇਰੇ ਕੋਲ ਆਉਣ ਉਹਨਾਂ ਨੂੰ ਇਨਸ਼ਾਅੱਲਾ ਆਪਾਂ ਖਵਾਵਾਂਗੇ ਮਾਲਟਾ ਕਿਨੂ ਫਲੂਟਰ ਮਸੰਮੀ ਜਿੰਨਾ ਵੀ ਆਪਣੇ ਕੋ ਹੈ ਬਾਗ ਦੇ ਹਾਂਜੀ ਜੀ ਬਾਈ ਜੀ ਮੈਂ ਇਹ ਗੱਲ ਕਰਦਾ ਵਾਂ ਕਿ ਤੁਸੀਂ ਇਹ ਨਾ ਕਹਣਾ ਕਿ 24 ਘੰਟੇ ਠੇ ਟਾਈਮ ਕਿਨੂਆ ਮਾਲਟਿਆਂ ਦੀਆਂ ਵੀਡੀਓ ਬਣਾਈ ਰੱਖਦਾ ਵਾ ਤੇ ਡਾਊਨਲੋਡ ਕੀਤੀ ਰੱਖਦਾ ਨਹੀਂ ਬਾਈ ਜੀ ਆਪਾਂ ਹਰ ਵੈਰਾਈਟੀ ਦੇ ਹਰ ਫਸਲ ਦੀ ਹਰ ਫਰੂਟ ਦੀ ਤਕਰੀਬਨ 100% ਹੀ ਜਿਹੜਾ ਨਾ ਉਹ ਆਪਾਂ ਵੀਡੀਓ ਬਣਾਈ ਦੀ ਆ ਤੇ ਡਾਊਨਲੋਡ ਕਰੀ ਦੀ ਆ ਆ ਹੁਣ ਤੁਹਾਡੇ ਸਾਹਮਣੇ ਕਣਕ ਮੱਕੀ ਦੇ ਵੱਡ ਚੋਂ ਬੀਜੀ ਹੋਈ ਆ ਲੇਕਿਨ ਇਹ ਹੁਣ ਨਾ ਕਣਕ ਹੋਇਆ ਦੇ ਬਰਾਬਰ ਆ ਅਗਲੇ ਜਿਹੜੇ ਕੋਈ ਥੋੜੇ ਜੇ ਖੇਤ ਤੁਹਾਨੂੰ ਨਜ਼ਰ ਆਉਂਦੇ ਪਏ ਇਹ ਥੋੜੇ ਜੇ ਕੋਈ ਹਰਿਆਲੀ ਬਰਿਆਲੀ